welcome back to your YouTube channel. Here I am Sizzle. I am Jishanpreet Kaur. So sare to pehla sabno happy new year, nave saal di bahut bahut vadhai. ਅੱਜ ਸਾਡੀ ਵੀਡੀਓ ਕਿਸੇ ਖਾਸ ਟੌਪਿਕ ਤੇ ਆ ਜਿਵੇਂ ਕਿ ਹੁਣ ਆਲਮੋਸਟ ਹੀ ਡਨ ਹੀ ਆ 2021 ਸੋ ਇਹ ਬਹੁਤ ਚੇਂਜ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਆ ਕਿ ਜੋ ਹੀ ਸੋਚਿਆ ਸੀਗਾ ਜਾਂ ਨਿੱਕੇ ਹੁੰਦੇ ਤੋਂ ਸੋਚਿਆ ਸੀ ਜਾਂ ਜਿਹੜਾ ਕਦੀ ਵੀ ਨਹੀਂ ਸੋਚਿਆ ਸੀ ਉਹ ਵੀ ਚੀਜ਼ਾਂ ਸਾਡਾ ਡ੍ਰੀਮ ਸੀ ਜਿਹੜਾ ਇਸ ਵਾਰੀ ਪੂਰਾ ਹੋਇਆ ਵਾ ਠੀਕ ਹੈ ਇਹਦੇ ਨਾਲ ਸਾਡੇ ਅੱਗੇ ਬਹੁਤ ਡ੍ਰੀਮ ਜੁੜ ਗਏ ਆ ਸੇ ਸਾਡੇ ਨਾਲ ਤੁਹਾਡੇ ਨਾਲ ਵੀ ਇੱਦਾਂ ਹੋਊਗਾ ਜਦੋਂ ਤੁਸੀਂ ਕਹਿਣ ਆਉਂਦੇ ਤੁਸੀਂ ਇੱਕ ਡ੍ਰੀਮ ਲੈ ਕੇ ਆਉਂਦੇ ਹੋ ਬਟ ਇੱਥੇ ਆ ਕੇ ਤੁਹਾਡੇ ਅੱਗੇ ਬਾਹਰ ਡ੍ਰੀਮ ਹੋ ਜਾਂਦੇ ਆ ਤੁਸੀਂ ਕਈ ਡ੍ਰੀਮ ਭੁੱਲ ਜਾਂਦੇ ਕਿ ਇਹ ਨਹੀਂ ਹੁਣ ਇਹ ਇੰਪੋਰਟੈਂਟ ਆ ਸੋ ਇਸ ਸਾਲ ਨੇ ਸਾਨੂੰ ਕਿੰਨਾ ਕੁਝ ਸਿਖਾਇਆ ਕੁਝ ਗਲਤੀਆਂ ਵੀ ਸੀਗੀਆਂ ਉਹ ਵੀ ਸੁਧਾਰੀਆਂ ਸੋ ਸਾਡੀ ਇਹ ਵੀਡੀਓ ਸਾਡੇ ਐਕਸਪੀਰੀਅੰਸ ਤੇ ਹੈ ਕਿ ਸਾਡੇ 2021 ਕਿਵੇਂ ਦਾ ਨਿਕਲਿਆ ਕੈਨੇਡਾ ਦੇ ਵਿੱਚ ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸਾਡੇ 3 ਮਹੀਨੇ ਜਿਹੜੇ ਆ ਉਹ ਇੰਡੀਅਰ ਹੁੰਦੇ ਨਿਕਲ ਗਏ ਸੀਗੇ ਕਿਉਂਕਿ ਸਾਡਾ ਇੰਨਾ ਗੰਦਾ ਸੀਗਾ ਸਾਡਾ ਇਮੀਗ੍ਰੇਸ਼ਨ ਵਾਲਾ ਐਕਸਪੀਰੀਅੰਸ ਕਿ ਜਿਹੜੇ ਮਤਲਬ ਕਿ ਤੁਹਾਡੀ ਸਾਡੀ ਫਾਈਲ ਜਦੋਂ ਲੱਗੀ ਹੋਈ ਸੀ ਉਹ ਵਾਲਾ ਐਕਸਪੀਰੀਅੰਸ ਪਾਸਪੋਰਟ ਵੀਜ਼ਾ ਮਿਲਣ ਤੋਂ ਪਹਿਲਾਂ ਵਾਲਾ ਬਹੁਤ ਗੰਦਾ ਸੀ ਉਹ ਸਾਡੇ ਜਨ ਫੈਬ ਮਾਰਚ 3 ਮਹੀਨੇ ਇੱਦੀ ਗਏ ਸੀਗੇ ਮਿੰਤਾ ਪਾਪਾ ਕੇ ਕੱਲਾ ਕੱਲਾ ਚੀਜ਼ ਲਈ ਇੱਕ ਇੱਕ ਸਾਡਾ ਉਹ ਇਦਾਂ ਹੋਇਆ ਸੀਗਾ ਠੀਕ ਆ ਤੁਹਾਨੂੰ ਸਾਰਾ ਅਸੀਂ ਦੱਸਿਆ ਹੋਇਆ ਐਕਸਪੀਰੀਅੰਸ ਉਸ ਤੋਂ ਬਾਅਦ ਸਾਡੀ ਫਲਾਈਟ ਸੀਗੀ 28 ਮਾਰਚ ਦੀ ਬਹੁਤ ਵਧੀਆ ਦਿਨ ਸੀ ਸਾਡੇ ਲਈ ਉਹ ਹੋਰ ਕੇ ਤੇ ਫਿਰ ਅਸੀਂ ਸਾਡੀ ਏਅਰਪੋਰਟ ਤੇ ਹੋਈ ਵੈਨਕੂਵਰ ਤੇ ਅਸੀਂ ਥੋੜੇ ਦਿਨ ਰਹੇ ਹਾਂ ਅੰਦਰੋਂ ਦੇਖਿਆ ਸੀ ਪਰ ਬੜਾ ਸੋਹਣਾ ਸੀਗਾ ਫਿਰ ਉਸ ਤੋਂ ਬਾਅਦ ਬਸ ਵਧੀਆ ਰਿਹਾ ਉਹ ਵੀ ਫਲਾਈਟ ਦਾ ਐਕਸਪੀਰੀਅੰਸ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਥੋੜਾ ਹੁੰਦਾ ਵਾ ਬਾਅਦ ਚ ਨਾਰਮਲ ਹੋ ਜਾਂਦਾ ਫਸਟ ਡੇ ਸੀ ਫਲਾਈਟ 'ਚ ਬੈਠੇ ਸੀਗੇ ਦੋਵੇਂ ਜਣੇ ਤੇ ਪਹਿਲੀ ਵਾਰ ਯਕੀਨ ਨਹੀਂ ਹੁੰਦਾ ਕਿ ਹਾਂ ਅਸੀਂ ਬੈਠ ਗਏ ਹਾਂ ਬਹੁਤ ਵਧੀਆ ਕਿਉਂਕਿ ਉਸ ਟਾਈਮ ਕੋਵਿਡ ਬਹੁਤ ਜ਼ਿਆਦਾ ਚੱਲ ਰਿਹਾ ਸੀ ਮਾਰਚ ਦੇ ਵਿੱਚ ਮਾਰਚ 2020 'ਚ ਤੁਹਾਨੂੰ ਸਾਰਿਆਂ ਨੂੰ ਪਤਾ ਠੀਕ ਹੈ ਸਾਡੇ ਤਾਂ ਉੱਥੇ ਬਹੁਤ ਹੋਇਆ ਹੋਇਆ ਸੀ ਅਤੇ ਬਹੁਤ ਰੋਲਾ ਸੀਗਾ ਬਸ ਅਸੀਂ ਰੱਬ ਦਾ ਸ਼ੁਕਰ ਕਰਦੇ ਸੀ ਅਸੀਂ ਪਹੁੰਚ ਜਾਈਏ ਜਿੱਦਾਂ ਮਰਜ਼ੀ ਬਿਕੋਜ਼ ਇੰਨੇ ਕੋਵਿਡ ਟੈਸਟ ਕਰਵਾਏ ਅਸੀਂ ਸਾਡੇ ਤਾਂ ਕੋਵਿਡ ਟੈਸਟ ਨਾਲ ਐਕਸਪੀਰੀਅੰਸ ਬਹੁਤ ਗਿਆ ਵਾ ਬਹੁਤ ਕੋਵਿਡ ਟੈਸਟ ਕਰਵਾਏ ਅਸੀਂ ਠੀਕ ਆ ਸੋ ਇਹ ਸੀਗਾ ਸਾਡਾ ਸਾਰਾ ਫਲਾਈਟ ਦਾ ਐਕਸਪੀਰੀਅੰਸ ਇੱਦਾਂ ਦਾ ਰਿਹਾ ਵਧੀਆ ਸੀਗਾ ਫਸਟ ਟਾਈਮ ਵਾਲਾ ਐਕਸਪੀਰੀਅੰਸ ਸੀਗਾ ਫਿਰ ਜਦੋਂ ਇੱਥੇ ਆਏ ਥੋੜ੍ਹਾ ਮੌਸਮ ਵੀ ਚੇਂਜ ਹੁੰਦਾ ਆ ਇੱਥੇ ਆਣ ਕੇ ਇੱਕ ਤਰੀਕੇ ਨਾਲ ਸੀ ਲੈਥਬ੍ਰਿਜ ਆ ਗਏ ਸੀਗੇ ਵੈਨਕੂਵਰ ਏਅਰਪੋਰਟ 3 ਦਿਨ ਕੁਆਰੰਟਾਈਨ ਕਰਨ ਤੋਂ ਬਾਅਦ ਸੋ ਇੱਥੇ ਆਣ ਕੇ ਸਾਡਾ 4 ਦਿਨ ਕੁਆਰੰਟਾਈਨ ਰਿਹਾ ਸੀਗਾ ਪਰ ਇਹ ਨਾ ਬੋਰਿੰਗ ਨਹੀਂ ਸੀਗਾ ਪੂਰਾ ਚਿਲ ਮੋਡ ਸੀਗਾ ਕਿਉਂਕਿ ਚਿਲ ਮੋਡ ਇੱਕ ਤਾਂ ਇਦਾਂ ਸੀਗਾ ਅਸੀਂ ਵਿੱਚੋਂ ਵਿੱਚੋਂ ਇੱਕ ਦੇਰ ਬਾਹਰ ਵੀ ਚਲ ਗਏ ਸੀਗੇ ਸ਼ਾਮ ਦੇ ਟਾਈਮ ਤੇ ਬਾਹਰ ਵੀ ਚਲ ਗਏ ਸੀਗੇ ਤੇ ਬਾਕੀ ਸਾਰੀ ਸਟੱਡੀਜ਼ ਚੱਲਦੀ ਸੀ ਐਂਡ ਆਫ ਦ ਸਮੈਸਟਰ ਸੀਗਾ ਐਗਜ਼ਾਮਸ ਚੱਲ ਰਹੇ ਸੀਗੇ ਨਾਲ ਜੌਬਸ ਅਪਲਾਈ ਕਰ ਰਹੇ ਸੀਗੇ ਠੀਕ ਹੈ ਤੇ ਜੌਬ ਲੱਭਣ ਦੇ ਮੋਸਟਲੀ ਕਿ ਜਦੋਂ ਤੁਸੀਂ ਆਣਾ ਹੁੰਦਾ ਉਦੋਂ ਪਹਿਲਾਂ ਹੀ ਆਪਦੀਆਂ ਜੌਬ ਰੈਜ਼ਿਊਮੇ ਬਣਾ ਕੇ ਰੱਖੋ ਜੌਬ ਅਪਲਾਈ ਕਰਨੀ ਸ਼ੁਰੂ ਕਰ ਦਿਓ ਜਿੱਦਾਂ ਅਸੀਂ ਆ ਕੇ ਇੱਥੇ ਵੈਨਕੂਵਰ ਹੀ ਸਾਡੀਆਂ ਜੌਬ ਅਪਲਾਈ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਜਦੋਂ ਅਸੀਂ ਇੱਥੇ ਆਏ ਇੱਥੇ ਵੀ ਕਿਉਂਕਿ ਅਸੀਂ ਇੰਨੀਆਂ ਕੁ ਜੌਬ ਅਪਲਾਈ ਕੀਤੀਆਂ ਸੀ ਜਦੋਂ ਸਾਡਾ ਕੁਆਰੰਟਾਈਨ ਖਤਮ ਹੋਣਾ ਸੀਗਾ ਹਾਲੇ ਤੇ ਸਾਨੂੰ ਉਹ ਇਨਵੀਟੇਸ਼ਨ ਆ ਵੀ ਗਿਆ ਸੀਗਾ ਕਿ ਤੁਹਾਡੀ ਇੰਟਰਵਿਊ ਆਏ ਕਿ ਮਤਲਬ ਬੈਕ ਟੂ ਬੈਕ ਇੰਟਰਵਿਊ ਆਈ ਜਾਂਦੀਆਂ ਸੀਗੀਆਂ ਕਿ ਨਾਲੇ ਅਸੀਂ ਜਦੋਂ ਆਏ ਸੀਗੇ ਉਦੋਂ ਉਹ ਹਾਇਰਿੰਗ ਚੱਲ ਰਹੀ ਸੀ ਸਾਰੇ ਪਾਸੇ ਤੇ ਸਾਡੇ ਲਈ ਇਹ ਫਾਇਦਾ ਸੀਗਾ ਤੇ ਨਾਲੇ ਸਾਨੂੰ ਉੱਥੇ ਬ੍ਰਦਰ ਜਾਣਦੇ ਸੀ ਬ੍ਰਦਰ ਨੂੰ ਅੱਗੇ ਬਹੁਤ ਬੰਦੇ ਜਾਣਦੇ ਸੀ ਰੈਫਰੈਂਸ ਤਾਂ ਦੱਸਿਆ ਹੋਇਆ ਵਾ ਰੈਫਰੈਂਸ ਦਾ ਵਾਧੂ ਹੋ ਜਾਂਦਾ ਹਜੇ ਸਾਡਾ ਕੁਆਰੰਟਾਈਨ ਡਨ ਹੋਇਆ ਸੀ ਤੇ ਜਸ਼ਨ ਨੂੰ ਜੋਬ ਮਿਲ ਗਈ ਸੀ ਸਾਨੂੰ ਇਹ ਆ ਕਿ ਸਾਡੇ ਇੱਥੇ ਹੋਣ ਕਰਕੇ ਜਾਂ ਰੈਫਰੈਂਸ ਕਰਕੇ ਸਾਨੂੰ ਜੋਬ ਲਈ ਬਹੁਤੇ ਜ਼ਿਆਦਾ ਧੱਕੇ ਨਹੀਂ ਖਾਣੇ ਪਏ ਘੱਟ ਧੱਕੇ ਖਾਧੇ ਅਸੀਂ ਮਿਨੀਮਮ ਜੇ ਧੱਕੇ ਖਾਧੇ ਆ ਬਹੁਤੇ ਜ਼ਿਆਦਾ ਵੀ ਨਹੀਂ ਖਾਧੇ ਤੇ ਨੋਰਮਲ ਜੇ ਵੀ ਨਹੀਂ ਮੈਂ ਤੇ ਪਹਿਲੀ ਇੰਟਰਵਿਊ ਦਿੱਤੀ ਸੀ ਉਹਦੇ ਨਹੀਂ ਦੂਜੀ ਇੰਟਰਵਿਊ ਦੇ ਵਿੱਚ ਤੇ ਮੇਰਾ ਜੋਬ ਮਿਲ ਗਈ ਸੀਗੀ ਸੋ ਬਹੁਤਾ ਜ਼ਿਆਦਾ ਨਹੀਂ ਹੋਇਆ ਸਾਨੂੰ ਜੋਬ ਲਈ ਠੀਕ ਹੈ ਜੇ ਤੁਹਾਨੂੰ ਜਾਣਦਾ ਕੋਈ ਰੈਫਰੈਂਸ ਵਗੈਰਾ ਪੈ ਜਾਂਦੀ ਹੁੰਦੀ ਇੱਥੇ ਹਾਂ ਉੱਦਾਂ ਤੁਸੀਂ ਇੱਥੇ ਆ ਕੇ ਰਿਜ਼ਿਊਮੇ ਵਗੈਰਾ ਲੋ ਵੰਡੋ ਵਗੈਰਾ ਠੀਕ ਹੈ ਇਹ ਸਾਰਾ ਕੁਛ ਆ ਸੋ ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਜੋਬ ਤੇ ਜਿੱਦਾਂ ਸਾਡਾ ਤੇ ਉਹ ਡ੍ਰੌਪ ਸੀਗਾ ਪੜਾਈ ਖਤਮ ਹੋਣ ਤੋਂ ਬਾਅਦ ਜਿਹੜਾ ਲਾਸਟ ਸਮੈਸਟਰ ਖਤਮ ਹੋਣ ਤੋਂ ਬਾਅਦ ਉਸ ਤੋਂ ਬਾਅਦ ਜੌਬ ਤੇ ਸੀ ਮੇਰੇ ਡ੍ਰੌਪ ਸੀ ਬਿਕੋਜ਼ ਸਾਨੂੰ ਉਹ ਕੋਰਸ ਨਹੀਂ ਮਿਲੇ ਸੀਗੇ ਤੇ ਅਸੀਂ ਜੌਬ ਦੇ ਵਿੱਚ ਫੁੱਲ ਟਾਈਮ ਕੰਮ ਕੀਤਾ ਹੈ ਤੁਸੀਂ ਜਦੋਂ ਤੁਹਾਡਾ ਹੁਣ ਜਿੱਦਾਂ ਮਈ ਦੇ ਵਿੱਚ ਕਈ ਹੁਣ ਐਲਬਰਟਾ 'ਚ ਤਾਂ ਘੱਟ ਹੀ ਕੋਰਸ ਮਿਲਦੇ ਆ ਬਾਕੀ ਜਗ੍ਹਾ ਸਾਨੂੰ ਇੰਨਾ ਨਹੀਂ ਪਤਾ ਕਿ ਮਈ 'ਚ ਘੱਟ ਹੀ ਕੋਰਸ ਮਿਲਦੇ ਹੁੰਦੇ ਆ ਸੋ ਤੁਸੀਂ ਉਦੋਂ ਡ੍ਰੌਪ ਕਰਕੇ ਤੁਸੀਂ ਜੇ ਫੁੱਲ ਟਾਈਮ ਕੰਮ ਕਰਨਾ ਤੁਸੀਂ ਕਰ ਸਕਦੇ ਹੋ ਚੰਗੇ ਪੈਸੇ ਬਣਾ ਸਕਦੇ ਹੋ ਸੋ ਅਸੀਂ ਬਣਾਏ ਸੀ ਕਿ ਅਸੀਂ ਅਗਲੀ ਫੀਸ ਜਿਹੜੀ ਆ ਹੁਣ ਦੀ ਅਸੀਂ ਆਪ ਹੀ ਕੱਢੀ ਆ ਅਗਲੇ ਜਿਹੜੇ ਦੋ ਇੰਟੇਕ ਆ ਦੋਵਾਂ ਦੀ ਫੀਸ ਅਸੀਂ ਆਪ ਕੱਢੀ ਆ ਠੀਕ ਹੈ ਸੋ
ਜਦੋਂ ਆਪਾਂ ਨਿਊ ਕੰਮ ਤੇ ਜਾਂਦੇ ਹਾਂ ਕਿ ਕਈ ਕਹਿੰਦੇ ਆ ਕਿ ਹਾਂ ਕਿਹੋ ਜਿਹੇ ਬੰਦਿਆਂ ਨੂੰ ਬੁਲਾਉਣਾ ਚਾਹੀਦਾ ਹੈ, ਕਿਹੋ ਜਿਹਿਆਂ ਨੂੰ ਨਹੀਂ ਬੁਲਾਉਣਾ ਚਾਹੀਦਾ, ਇਹ ਸਾਰਿਆਂ ਦੇ ਨਾਲ ਵੱਖਰਾ ਵੱਖਰਾ ਐਕਸਪੀਰੀਅੰਸ ਹੁੰਦਾ. ਹੁਣ ਜ਼ਰੂਰੀ ਨਹੀਂ ਹੈ ਕਿ ਇੱਕ ਬੰਦਾ ਜੇ ਮੇਰੇ ਨਾਲ ਉੱਦਾਂ ਵਾ ਸੇਮ ਅਗਲੇ ਨਾਲ ਵੀ ਉੱਦਾਂ ਹੋਊਗਾ, ਕਿਉਂਕਿ ਬਿਹੇਵੀਅਰ ਟੂ ਬਿਹੇਵੀਅਰ ਉਹ ਇੰਪੈਕਟ ਕਰਦੀ ਹੈ, ਮੈਚ ਕਰਦੀ ਆ ਕਿਸੇ ਨਾਲ ਨਹੀਂ. ਬਾਕੀ ਇੱਦਾਂ ਹੁੰਦਾ ਕਿ ਕਈਆਂ ਦੇ ਬੋਲਣ ਦਾ ਵੇ ਹੁੰਦਾ ਸਾਰੇ, ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰੀਏ ਸਾਰਿਆਂ ਦੀ ਵੱਖਰੀ ਵੱਖਰੀ ਲੈਂਗੁਏਜ ਆ, ਇੱਥੇ ਆਣ ਕੇ ਉਹਨਾਂ ਦਾ ਵੇ ਉੱਦਾਂ ਦਾ ਹੁੰਦਾ. ਕਈ ਆਪਦੀ ਭਾਸ਼ਾ 'ਚ ਬਹੁਤ ਨੋਰਮਲੀ ਗੱਲ ਕਰਦੇ ਹੋਗੇ, ਪਰ ਆਪਾਂ ਨੂੰ ਇੱਦਾਂ ਲੱਗਦਾ ਕਿ ਹਾਂ ਕਈ ਆਰਡਰ ਮਾਰਦੇ ਆ ਪਹਿਲਾਂ. ਆਪਾਂ ਮੋਸਟਲੀ ਆਹੀ ਸੋਚੀਦਾ ਕਿ ਆਹ ਉਹ ਪਹਿਲਾਂ ਆਏ ਆ, ਇਹ ਨਵੇਂ ਆਏ ਆ, ਕਿ ਖਰੇ ਉਹ ਸਾਡੇ ਤੇ ਥੋੜਾ ਜਿਹਾ ਰੋਬ ਕਰਦੇ ਆ, ਪਰ ਕਈ ਹੁੰਦੇ ਆ ਕਈ ਨਹੀਂ ਹੁੰਦੇ ਆ. ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕਿਹਨੂੰ ਬੁਲਾਉਣਾ ਵਾ. ਤੁਹਾਨੂੰ ਪਹਿਲੀ ਵਾਰੀ ਗੱਲ ਕਰਕੇ ਪਹਿਲੀ ਵਾਰੀ ਵਾਈਬ ਦਾ ਪਤਾ ਲੱਗ ਜਾਂਦਾ ਬੰਦੇ ਦੀ ਕਿੱਦਾਂ ਦੀ ਆ. ਸੋ ਤੁਹਾਨੂੰ ਪਹਿਲੀ ਵਾਰੀ ਵਾਈਬ ਬੰਦੇ ਤੋਂ ਕਿੱਦਾਂ ਦੀ ਆ. ਕਈ ਵਾਰ ਪਹਿਲੀ ਵਾਰ ਐਕਸਪੀਰੀਅੰਸ ਮਾੜਾ ਹੁੰਦਾ, ਪਰ ਜੇ ਹੌਲੀ ਹੌਲੀ ਬੰਦੇ ਨਾਲ ਰਹੀਏ ਤਾਂ ਪਤਾ ਲੱਗ ਜਾਂਦਾ ਕਿ ਹਾਂ. ਬਾਕੀ ਜਿਹੜੀ ਪਹਿਲੀ ਵਾਰੀ ਵਧੀਆ ਹੁੰਦਾ ਵਾ ਨਾਲ ਨਾਲ ਰਹਿ ਰਹਿ ਕੇ ਤੁਹਾਡੀ ਖਰਾਬ ਹੋ ਜਾਂਦੀ ਆ. ਸੋ ਇਹ ਡਿਪੈਂਡ ਕਰਦਾ ਵਾ. ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਨਾ ਕੰਮ ਤੇ ਕਿਸੇ ਨੂੰ ਫਾਲਤੂ ਬੁਲਾਈਦਾ, ਨਾ ਅਸੀਂ ਕਾਲਜ ਕਿਸੇ ਨੂੰ ਫਾਲਤੂ ਬੁਲਾਈਦਾ. ਅਸੀਂ ਆਪਣੇ 'ਚ ਰਹੀਦਾ, ਅਸੀਂ ਦੋ ਜਾਣੇ ਹੈਗੇ ਹਾਂ, ਸਾਨੂੰ ਤੀਜੇ ਦੀ ਲੋੜ ਨਹੀਂ ਹੁੰਦੀ. ਠੀਕ ਆ, ਮੁੱਕਦੀ ਗੱਲ. ਅਤੇ ਅਸੀਂ ਕਿਸੇ ਨਾਲ ਬਹੁਤਾ ਨਹੀਂ ਕਰੀਦਾ, ਕਰੀਦਾ ਵਾ ਇੱਕ ਲਿਮਿਟ ਤੱਕ ਕਰੀਦਾ ਵਾ. ਹੁਣ ਇਹ ਤੁਹਾਡੇ 'ਤੇ ਆ, ਤੁਸੀਂ ਕਿਸੇ ਨਾਲ ਆ ਕੇ ਬਹੁਤ ਜ਼ਿਆਦਾ ਕਰਨਾ ਵਾ, ਤੁਹਾਡਾ ਨਾ ਉਹ ਵਾ ਬਿਲਕੁਲ ਸਹੀ ਹੈ, ਤੁਸੀਂ ਕਿਸੇ ਨਾਲ ਘੱਟ ਕਰਨਾ, ਤੁਹਾਡੇ 'ਤੇ ਡਿਪੈਂਡ ਹੈ. ਠੀਕ ਹੈ, ਬਾਕੀ ਸਾਰਿਆਂ ਕੋਲ ਆਪਦਾ ਆਪਦਾ ਐਕਸਪੀਰੀਅੰਸ ਹੁੰਦਾ. ਜਿਹੜੇ ਪਹਿਲਾਂ ਆਏ ਆ ਤੁਸੀਂ ਉਹਨਾਂ ਦੀ ਵੀ ਥੋੜ੍ਹੀ ਬਹੁਤੀ ਸੁਣਿਆ ਕਰੋ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੁੰਦਾ, ਉਹ ਤੁਹਾਨੂੰ ਕਈ ਸਮਝਾਉਂਦੇ ਆ. ਹਾਂ, ਜੇ ਕਈ ਕਹਿੰਦੇ ਆ ਕਿ ਹਾਂ ਆਰਡਰ ਵੀ ਮਾਰਦੇ ਆ, ਉਹ ਉਹਨਾਂ ਵਿੱਚ ਵੀ ਕੁਛ ਨਾ ਕੁਛ ਸਾਨੂੰ ਸਮਝਾਉਂਦੇ ਹੀ ਆ. ਲਾਈਕ ਜਿੱਦਾਂ ਮੇਰੇ ਬ੍ਰਦਰ ਆ ਇੱਥੇ, ਅਤੇ ਉਹ ਵੀ ਸਾਨੂੰ ਬਹੁਤ ਕੁਛ ਸਮਝਾਉਂਦੇ ਆ, ਬਹੁਤ ਕੁਛ ਆਰਡਰ ਮਾਰ ਕੇ ਸਮਝਾਉਂਦੇ ਆ, ਬਹੁਤ ਕੁਛ ਪਿਆਰ ਨਾਲ ਸਮਝਾਉਂਦੇ ਆ. ਜਦੋਂ ਅਸੀਂ ਇੱਥੇ ਆਏ ਸੀ, ਅਸੀਂ ਪਹਿਲੀ ਵਾਰੀ ਕੰਮ 'ਤੇ ਜਾਣਾ ਸੀ, ਪੂਰਾ ਉਹਨਾਂ ਨੇ ਸਾਨੂੰ ਸਮਝਾ ਕੇ ਭੇਜਿਆ ਸੀਗਾ, ਪਹਿਲਾਂ ਬਿਠਾ ਕੇ ਰਾਤੀ ਸਭ ਕੁਛ ਸਮਝਾ ਕੇ ਭੇਜਿਆ ਸੀ, ਇੱਥੇ ਇੱਦਾਂ ਇੱਦਾਂ ਹੁੰਦਾ, ਇੱਦਾਂ ਇੱਦਾਂ ਹੁੰਦਾ. ਸੋ ਉਹ ਚੀਜ਼ਾਂ ਅਸੀਂ ਹਜੇ ਤੱਕ ਦਿਮਾਗ 'ਚ ਰੱਖੀਆਂ ਹੋਈਆਂ. ਕਿਉਂਕਿ ਰੋਜ਼ ਨਵਾਂ ਦਿਨ ਆਉਂਦਾ ਅਤੇ ਰੋਜ਼ ਨਵਾਂ ਕੁਛ ਸਿੱਖਣ ਨੂੰ ਮਿਲਦਾ. ਹੁਣ ਇਹ ਅਤੇ ਹੁਣ ਹਰ ਤਰ੍ਹਾਂ ਦੇ ਬੰਦਾ ਤੁਹਾਨੂੰ ਇੱਥੇ ਆ ਕੇ ਮਿਲਦਾ, ਬਹੁਤ ਮਾੜੇ ਵੀ ਮਿਲਣੇ, ਬਹੁਤ ਚੰਗੇ ਵੀ ਮਿਲਣੇ, ਅਤੇ ਮਾੜਿਆਂ ਨੇ ਤੁਹਾਨੂੰ ਬਹੁਤ ਗਲਤ ਕੰਮਾਂ 'ਚ ਵੀ ਲਾਉਣਾ ਵਾ. ਸੋ ਤੁਸੀਂ ਆਪਣਾ ਦਿਮਾਗ ਯੂਜ਼ ਕਰਕੇ ਆਉਣਾ ਇੱਥੇ, ਕੁੜੀਆਂ ਲਈ ਸਪੈਸ਼ਲੀ ਤੁਸੀਂ ਆਪਣਾ ਦਿਮਾਗ ਯੂਜ਼ ਕਰਕੇ ਆਓ. ਹੁਣ ਅਸੀਂ ਆਪਣਾ ਐਕਸਪੀਰੀਅੰਸ ਇਹੀ ਦੱਸਾਂਗੇ ਕਿ ਅਸੀਂ ਕਿਸੇ ਨਾਲ ਬਹੁਤਾ ਹੋਈਦਾ ਨਹੀਂ ਕਿ ਸਾਨੂੰ ਅਗਲਾ ਕਿਸੇ ਰਾਤ 'ਚ ਲੱਗ ਜਾਵੇ, ਕਿ ਇੰਨਾ ਅਸੀਂ ਕਿਸੇ ਨਾਲ ਹੋਈਦਾ ਨਹੀਂ. ਜੇ ਅੱਗੇ ਸਾਨੂੰ ਕਹਿੰਦਾ ਵੀ ਆ ਬੰਦੇ ਦਾ ਆਪਣਾ ਅਸੀਂ ਸਟਰੋਂਗ ਇੰਨਾ ਰੱਖਿਆ ਹੋਇਆ ਕਿ ਅਸੀਂ ਨਹੀਂ ਕਰਨਾ ਅਤੇ ਨਹੀਂ ਕਰਨਾ ਕੁਛ ਗਲਤ. ਸੋ ਬਸ ਇਹੀ ਆ, ਕਰ ਲਈਏ ਅਸੀਂ ਦੋਵੇਂ ਇਕੱਠੇ ਆਏ ਹਾਂ ਅਤੇ ਸਾਡੇ ਕੋਲ ਹੈਗਾ ਕਿ ਹਾਂ ਜੇ ਅਸੀਂ ਬਾਹਰ ਨਹੀਂ ਬੁਲਾਉਣਾ, ਘਰੇ ਆਣ ਕੇ ਬੁਲਾਵਾਂਗੇ ਇੱਕ ਦੂਜੇ ਨੂੰ, ਉਹ ਹੋ ਜਾਂਦਾ. ਪਰ ਜੇ ਬੰਦਾ ਇਕੱਲਾ ਆਇਆ ਤੁਸੀਂ ਬਾਹਰ ਵੀ ਥੋੜ੍ਹੀ ਬਹੁਤੀ ਸਾਰਿਆਂ ਨਾਲ ਰੱਖੋ, ਬਹੁਤੀ ਜ਼ਿਆਦਾ ਨਾ ਰੱਖੋ. ਇਹਦੇ ਨਾਲ ਕਿ ਹੁਣ ਜਿੱਦਾਂ ਅਸੀਂ ਦੋ ਜਾਣੇ ਹਾਂ, ਸਾਨੂੰ ਇੰਨੀ ਹੋਮਸਿਕਨੈਸ ਜਿਹੜੀ ਆ ਫੀਲ ਨਹੀਂ ਹੁੰਦੀ ਆ. ਕਈਆਂ ਨੇ ਇੱਥੇ ਆਖਿਆ ਹੁਣ ਬੰਦਾ ਇਕੱਲਾ ਹੁੰਦਾ ਵਾ, ਆਉਂਦੇ ਕੁਛ ਸਮਝ ਨਹੀਂ ਆਉਂਦੀ, ਕੋਈ ਜਾਣਦਾ ਨਹੀਂ, ਨਵੀਂ ਕੰਟਰੀ ਆ, ਕੁਛ ਨਹੀਂ ਪਤਾ ਕਿੱਥੇ ਕੀ ਕਰਨਾ ਵਾ. ਸੋ ਥੋੜ੍ਹੀ ਹੋਮਸਿਕਨੈਸ ਜੇ ਤੁਹਾਨੂੰ ਫੀਲ ਹੁੰਦੀ ਆ, ਸਾਡੇ ਨਾਲ ਬਹੁਤੀ ਜ਼ਿਆਦਾ ਸਾਨੂੰ ਨਹੀਂ ਹੋਈ, ਬਿਕੋਜ਼ ਇੱਕ ਤਾਂ ਅਸੀਂ ਦੋ ਤਿੰਨ ਜਾਣੇ ਘਰ ਰਹਿੰਦੇ ਹਾਂ, ਬੰਦਾ ਇੱਕ ਦੂਜੇ ਨਾਲ ਗੱਲ ਸ਼ੇਅਰ ਕਰ ਲੈਂਦਾ ਵਾ. ਠੀਕ ਆ, ਅਤੇ ਆਪਣੀ ਫੈਮਿਲੀ ਨਾਲ ਜ਼ਰੂਰ ਗੱਲ ਸ਼ੇਅਰ ਕਰੋ. ਅਸੀਂ ਐਕਸਪੀਰੀਅੰਸ ਨਾਲ ਨਾਲ ਤੁਹਾਨੂੰ ਟਿਪਸ ਵੀ ਦੇ ਦਾਂਗੇ ਅਸੀਂ ਹਰ ਐਕਸਪੀਰੀਅੰਸ ਦੇ ਅਕੋਰਡਿੰਗ. ਠੀਕ ਆ, ਕਿ ਇੱਥੇ ਆ ਕੇ ਕਿੱਦਾਂ ਰਹਿਣਾ ਚਾਹੀਦਾ ਜਾਂ ਕਿੱਦਾਂ ਨਹੀਂ. ਠੀਕ ਆ, ਆਪਣੀ ਫੈਮਿਲੀ ਨਾਲ ਗੱਲ. ਅਤੇ ਜੇ ਤੁਹਾਨੂੰ ਕੁਛ ਵੀ ਹੋ ਰਿਹਾ ਜਿਹਦੇ ਨਾਲ ਤੁਹਾਨੂੰ ਕੰਫਰਟੇਬਲ ਫੀਲ ਹੋ ਰਿਹਾ, ਇੱਥੇ ਆ ਕੇ ਤੁਸੀਂ ਉਸ ਬੰਦੇ ਨਾਲ ਗੱਲ ਸ਼ੇਅਰ ਕਰ ਲਓ ਕਿ ਹਾਂ ਇੱਦਾਂ ਇੱਦਾਂ ਵਾ. ਠੀਕ ਆ, ਬਟ ਇਕੱਲੇ ਨਾ ਰਹੋ ਅਤੇ ਵਾਪਸ ਜਾਣ ਬਾਰੇ ਨਾ ਸੋਚੋ. ਤੁਹਾਡੇ ਘਰਦਿਆਂ ਨੇ ਬਹੁਤ ਪੈਸਾ ਲਾ ਕੇ ਤੁਹਾਨੂੰ ਇੱਥੇ ਭੇਜਿਆ ਵਾ. ਸੋ ਜੇ ਤੁਸੀਂ ਘਰਦਿਆਂ ਨੇ ਤਾਂ ਆਫਕੋਰਸ ਕਹਿਣਾ ਹੀ ਆ ਕਿ ਹਾਂ ਵਾਪਸ ਆ ਜਾਓ, ਹੈ ਨਾ. ਘਰਦਿਆਂ ਨੇ ਥੋੜ੍ਹੀ ਕਹਿਣਾ ਕਿ ਅਸੀਂ ਆਪਣਾ ਨਿਆਣਾ ਰੋਲ ਨਾ, ਤੂੰ ਉੱਥੇ ਹੀ ਰਹਿ. ਬਾਕੀ ਜੇ ਆਪਾਂ ਉੱਥੋਂ ਇੰਨਾ ਸੋਚ ਕੇ ਆਏ ਹਾਂ, ਜਿੱਦਾਂ ਘਰਦਿਆਂ ਨੇ ਵੀ ਕੁਛ ਸੋਚਿਆ ਹੀ ਹੋਊਗਾ, ਆਪਾਂ ਵੀ ਇੰਨਾ ਕੁਛ ਸੋਚ ਕੇ ਜੇ ਇੱਥੇ ਆਉਂਦੇ ਹਾਂ ਤਾਂ ਆਪਦਾ ਫਿਊਚਰ ਦੇਖਿਆ ਕਰੋ, ਪਿੱਛੇ ਦੇਖੋ, ਮਤਲਬ ਲਿਮਿਟ ਤੱਕ ਦੇਖੋ. ਜ਼ਰੂਰੀ ਨਹੀਂ ਆ ਕਿ ਹਾਂ ਜੇ ਇੱਥੇ ਆਪਾਂ ਆਣ ਕੇ ਸੋਚੀਏ ਕਿ ਹਾਂ ਜੇ ਇੱਥੇ ਮੇਰੇ ਮੰਮੀ ਹੁੰਦੇ, ਇੱਥੇ ਪਾਪਾ ਹੁੰਦੇ, ਵੀਰਾ ਹੁੰਦਾ, ਤਾਂ ਗੱਲ ਹੋਰ ਹੋਣੀ ਹੀ. ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਇੱਥੇ ਵੀ ਕਈ ਲੋਕ ਇਹੋ ਜਿਹੇ ਮਿਲ ਜਾਂਦੇ ਆ ਕਿ ਜਿਹੜੇ ਘਰਦਿਆਂ ਨਾਲੋਂ ਵਧੀਆ ਰਿਲੇਸ਼ਨ ਇੱਥੇ ਬਣ ਜਾਂਦਾ ਆ. ਜੇ ਅਸੀਂ ਆਪਦੇ ਕੰਮ ਦੀ ਗੱਲ ਕਰੀਏ ਕਿ ਮੋਸਟਲੀ ਵੀਰੇ ਸਾਡੇ ਜੇ ਕੰਮ 'ਤੇ ਹੀ ਸਾਰੇ ਵੀਰੇ ਹੀ ਹੈ ਜਾਂ ਭੈਣਾਂ ਆ, ਅਤੇ ਉਹ ਸਾਰੇ ਬੜੇ ਵਧੀਆ. ਥੋੜ੍ਹੀ ਬਹੁਤੀ ਗੱਲ ਸ਼ੇਅਰ ਕਰੀਏ ਤਾਂ ਸਾਰਾ ਕੁਛ ਸਹੀ ਹੁੰਦਾ. ਘਰੇ ਵੀ ਜ਼ਰੂਰੀ ਨਹੀਂ ਆ ਕਿ ਆਪਾਂ ਹੁਣ ਹਰ ਇੱਕ ਚੀਜ਼ ਇੱਥੇ ਜੋ ਨਿੱਕੀ ਤੋਂ ਨਿੱਕੀ ਗੱਲ ਹੋਈ ਉਹ ਵੀ ਘਰੇ ਦੱਸਣਾ ਹੁੰਦਾ. ਥੋੜ੍ਹੀ ਬੰਦਾ ਆਪਦੇ ਤੱਕ ਵੀ ਰੱਖੇ ਤਾਂ ਵਧੀਆ ਰਹਿੰਦਾ ਆ. ਕਈ ਗੱਲਾਂ ਹੁੰਦੀਆਂ ਸਾਡੇ ਲਈ ਇੱਥੇ ਇੱਥੇ ਦੇ ਅਕੋਰਡਿੰਗ ਨੋਰਮਲ ਹੁੰਦੀਆਂ ਵਾ, ਬਟ ਘਰਦਿਆਂ ਲਈ ਉਹ ਬਹੁਤ ਵੱਡੀ ਗੱਲ ਹੁੰਦੀ ਆ. ਸੋ ਤੁਸੀਂ ਆਪਣੇ ਦਿਮਾਗ ਨੂੰ ਦੱਸਣਾ ਕਿ ਤੁਸੀਂ ਘਰਦਿਆਂ ਨੂੰ ਵੀ ਪਿੱਛੇ ਇੰਨੀ ਟੈਨਸ਼ਨ ਨਹੀਂ ਦੇਣੀ ਕਿ ਘਰ ਦੇ ਟੈਨਸ਼ਨ ਲੈ ਕੇ ਬੈਠੇ ਰਹਿਣ, ਕਿਉਂਕਿ ਜੋ ਅਸੀਂ ਆਪਣੇ ਅਸੀਂ ਜੋ ਕੀਤਾ ਹੈ ਨਾ ਐਕਸਪੀਰੀਅੰਸ ਵਾਈਜ਼ ਸਾਡਾ ਬਹੁਤ ਵਧੀਆ ਗਿਆ ਵਾ, ਕਿ ਅਸੀਂ ਬਹੁਤ ਜ਼ਿਆਦਾ
ਹੋਮਸਿਕਨੈਸ ਤੇ ਇਹੀ ਆ ਤੁਸੀਂ ਇੰਡੀਆ ਤੋਂ ਆਣਾ ਇੰਡੀਆ ਤੋਂ ਥੋੜਾ ਆਪਣਾ ਦਿਮਾਗ ਥੋੜਾ ਸੈੱਟ ਕਰਕੇ ਆਓ ਕਿ ਹਾਂ ਅਸੀਂ ਉੱਥੇ ਇਕੱਲੇ ਰਹਿਣਾ ਹੈ ਨਾਲੇ ਇੱਥੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹੋ ਕਿ ਤੁਹਾਨੂੰ ਮਤਲਬ ਹੁਣ ਇੰਡੀਆ ਅਸੀਂ ਆਪਣੀ ਪੂਰੀ ਫੈਮਿਲੀ 'ਚ ਰਹਿੰਦੇ ਹੁੰਦੇ ਸੀ ਠੀਕ ਹੈ ਹੁਣ ਜਸ਼ਨ ਦੀ ਵੀ ਜੁਆਇੰਟ ਫੈਮਿਲੀ ਸੀਗੀ ਮੇਰੀ ਵੀ ਹੁਣ ਇੱਥੇ ਆ ਕੇ ਅਸੀਂ ਬਿਲਕੁਲ ਇੱਦਾਂ ਰਹਿਣਾ ਤਾਂ ਉਹਦੇ ਲਈ ਤੁਸੀਂ ਦਿਮਾਗ 'ਚ ਆਪ ਸੈੱਟ ਕਰਕੇ ਆਉਣਾ ਵਾ ਹੁਣ ਕਈ ਵਾਰੀ ਬਹੁਤ ਰੇਅਰ ਕਈ ਵਾਰੀ ਇੱਦਾਂ ਪੁਆਇੰਟ ਆ ਜਾਂਦਾ ਕਿ ਬੰਦਾ ਬਹੁਤ ਲੋਅ ਹੋ ਜਾਂਦਾ ਸਾਡੀ ਏਰੀ ਵੀ ਆਇਆ ਦੋ ਤਿੰਨ ਵਾਰੀ ਇੰਨੀ ਕੋਈ ਹੈ ਨਹੀਂ ਗੱਲ ਠੀਕ ਆ ਕਿ ਬੰਦਾ ਬਹੁਤ ਜ਼ਿਆਦਾ ਲੋਅ ਹੋ ਜਾਂਦਾ ਕਈ ਵਾਰੀ ਬਟ ਉੱਥੋਂ ਰਿਕਵਰੀ ਤੁਸੀਂ ਆਪ ਹੀ ਹੋਣਾ ਵਾ ਕਿਸੇ ਨੇ ਆ ਕੇ ਨਹੀਂ ਕਰਨਾ ਤੁਹਾਨੂੰ ਖੁਦ ਨੂੰ ਹੀ ਹਿੰਮਤ ਮਾਰਨੀ ਪੈਂਦੀ ਇੱਥੇ ਕਿਸੇ ਨੇ ਨਹੀਂ ਮਰਵਾਉਣੀ ਹੁੰਦੀ ਸੋ ਬਸ ਇਹੀ ਆ ਹੋਮ ਸਿਕਨੈਸ ਆਪ ਸਟਰੋਂਗ ਬਣ ਕੇ ਆਓ ਇੰਡੀਆ ਦਾ ਵੀ ਥੋੜ੍ਹਾ ਦਿਮਾਗ ਸੈੱਟ ਕਰਕੇ ਆਓ ਕਿ ਹਾਂ ਉੱਥੇ ਅਸੀਂ ਇਕੱਲੇ ਰਹਿਣਾ ਇੱਥੇ ਜਦੋਂ ਅਸੀਂ ਆਏ ਸੀਗੇ ਸਟਾਰਟਿੰਗ ਦੇ ਵਿੱਚ ਦੋ ਤਿੰਨ ਮਹੀਨੇ ਠੀਕ ਸੀਗਾ ਮਤਲਬ ਕਿ ਬਹੁਤੀ ਜ਼ਿਆਦਾ ਠੰਡ ਵੀ ਨਹੀਂ ਸੀ ਬਹੁਤੀ ਜ਼ਿਆਦਾ ਗਰਮੀ ਵੀ ਨਹੀਂ ਸੀ ਜ਼ੀਰੋ ਤੱਕ ਟੈਂਪਰੇਚਰ ਸੀਗਾ ਸੋ ਉਸ ਤੋਂ ਬਾਅਦ ਗਰਮੀ ਥੋੜ੍ਹੀ ਜਿਹੀ ਇਸ ਵਾਰ ਵੱਧ ਪਈ ਸੀਗੀ ਪਰ ਇੰਡੀਆ ਵਾਲੀ ਗਰਮੀ ਇੰਡੀਆ ਵਾਲੀ ਗਰਮੀ ਸੀਗੀ ਪੂਰੀ ਤੇ ਉੱਥੇ ਵੀ ਜਦੋਂ ਬਾਹਰ ਵਗੈਰਾ ਜਾਣਾ ਹੋਵੇ ਤੇ ਸਨਸਕ੍ਰੀਨ ਲੋਸ਼ਨ ਵਗੈਰਾ ਲਗਾ ਕੇ ਜਾਇਓ ਤੇ ਬਾਕੀ ਸਕਿਨ ਕੇਅਰ ਦਾ ਧਿਆਨ ਆਪਣਾ ਤੁਸੀਂ ਆਪ ਰੱਖਣਾ ਸੀ ਬਸ ਇਹੀ ਕੀਤਾ ਸੀ ਬਾਹਰ ਜਾਣ ਲੱਗਿਆਂ ਲੋਸ਼ਨ ਵਗੈਰਾ ਲਾ ਲਿਆ ਜਾਂ ਡੈਟ ਸ਼ੀਟ ਬਹੁਤਾ ਨਹੀਂ ਕੀਤਾ ਕਿਉਂਕਿ ਇੱਥੇ ਦੀ ਗਰਮੀ ਉੱਦਾਂ ਦੀ ਨਹੀਂ ਹੁੰਦੀ ਉੱਦਾਂ ਦੀ ਇੰਡੀਆ ਦੀ ਸਨਰੇਜ਼ ਹੁੰਦੀਆਂ ਵਾ ਉੱਦਾਂ ਦੀ ਸਨਰੇਜ਼ ਨਹੀਂ ਹੁੰਦੀ ਹੁੰਦੀਆਂ ਭੈੜੀਆਂ ਹੁੰਦੀਆਂ ਇੱਥੇ ਦੀਆਂ ਇੰਡੀਆ ਨਾਲੋਂ ਸਨਰੇਜ਼ ਬਟ ਇਹ ਆ ਕਿ ਤੁਸੀਂ ਆਪਣਾ ਲੋਸ਼ਨ ਵਗੈਰਾ ਲਾ ਕੇ ਜਾਓ ਤਾਂ ਸਹੀ ਆ ਤੇ ਉਸ ਤੋਂ ਬਾਅਦ ਠੰਡ ਆਈ ਉਸ ਤੋਂ ਬਾਅਦ ਥੋੜਾ ਵਿੰਟਰ ਆ ਗਿਆ ਤੇ ਵਿੰਟਰ ਵੀ ਥੋੜਾ ਨਹੀਂ ਆਇਆ ਬਹੁਤ ਆਇਆ ਸਟਾਰਟਿੰਗ ਤੇ ਸਹੀ ਆਇਆ ਹੁਣ ਜਿਹੜਾ ਆਇਆ ਹੈ ਨਾ ਕ੍ਰਿਸਮਸ ਤੋਂ ਬਾਅਦ ਆ ਲੋ -34 -37 ਫੀਲਸ ਲਾਈਕ -41 -42 ਮੰਦਾ ਹੀ ਹਾਲ ਹੋਇਆ ਸੋ ਜਦੋਂ ਵੀ ਕਿਤੇ ਵੀ ਬਾਹਰ ਜਾਣਾ ਹੋਵੇ ਕੈਪ ਗਲਵਸ ਵਗੈਰਾ ਮੋਟੇ ਕੱਪੜੇ ਜ਼ਰੂਰ ਪਾ ਕੇ ਵਾਰਮਰ ਵਗੈਰਾ ਸਾਰੇ ਚੰਗੀ ਤਰ੍ਹਾਂ ਪਾ ਕੇ ਜਾਏ ਅੰਦਰ ਹੀਟਰ ਲੱਗੇ ਹੁੰਦੇ ਅੰਦਰ ਬਿਲਕੁਲ ਵੀ ਫੀਲ ਨਹੀਂ ਹੁੰਦਾ ਵਾ ਬਟ ਵਿੰਟਰ ਬਹੁਤ ਜ਼ਿਆਦਾ ਵਾ ਪਹਿਲਾਂ ਵੀ ਮੈਂ ਦੱਸਿਆ ਸੀ ਅਲਬਰਟਾ ਚ ਆਉਂਦਾ ਸੀ ਡਿਸਐਡਵਾਂਟੇਜ ਆ ਕੇ ਇੱਥੇ ਵਿੰਟਰ ਬਹੁਤ ਜ਼ਿਆਦਾ ਪੈਂਦੀ ਆ ਥੋੜੀ ਬਹੁਤੀ ਡਰਾਈਨੈਸ ਵੀ ਹੋ ਜਾਂਦੀ ਹੈ ਜਿੱਦਾਂ ਫੇਸ ਤੇ ਹੋ ਗਈ ਆ ਕਰੀਮਾਂ ਕਰੀਮ ਆਪਣੇ ਕੋਲ ਰੱਖੋ ਫੇਸ ਤੇ ਕਰੀਮਸ ਲਗਾ ਕੇ ਰੱਖੋ ਕਿ ਤੁਹਾਡੀ ਡਰਾਈਨੈਸ ਨਾ ਹੋਵੇ ਸੋ ਇਹ ਸੀਗਾ ਸਾਡਾ ਟੈਂਪਰੇਚਰ ਵਗੈਰਾ ਦੇ ਨਾਲ ਐਕਸਪੀਰੀਅੰਸ ਠੀਕ ਆ ਹੁਣ ਅੱਗੇ ਅੱਗੇ ਆਉਂਦੇ ਸਟੱਡੀ ਨਾ ਸਟੱਡੀ ਨਾਲ ਤਾਂ ਅਸੀਂ ਬਹੁਤ ਵੀਡੀਓਜ਼ ਬਣਾਈਆਂ ਹੋਈਆਂ ਸਟੱਡੀ ਤੱਕ ਸਾਡਾ ਐਕਸਪੀਰੀਅੰਸ ਕਿਹੋ ਜਿਹਾ ਵਾ ਤੇ ਸਟੱਡੀ ਨਾਲ ਵਧੀਆ ਰਿਹਾ ਵਾ ਕਿ ਸਟਾਰਟਿੰਗ ਹੀ ਦੋ ਤਾਂ ਇੰਟੇਕ ਇੰਡੀਆ ਵਾਲੇ ਸੀਗੇ ਤੇ ਦੋ ਜਿਹੜੇ ਰਹਿ ਗਏ ਸੀ ਅਸੀਂ ਉਹ ਹੁਣ ਇੱਕ ਕਰ ਲਿਆ ਇੱਕ ਰਹਿੰਦਾ ਆ ਇੱਕ ਆਨਲਾਈਨ ਤੇ ਇੱਕ ਤੁਸੀਂ ਵੀਡੀਓ ਪਿਛਲੀ ਦੇਖ ਲਈ ਹੋਣੀ ਆ ਜੇ ਨਹੀਂ ਦੇਖੀ ਤਾਂ ਦੇਖੋ ਉਸ ਤੋਂ ਬਾਅਦ ਗੱਲ ਆਉਂਦੀ ਕੁਕਿੰਗ ਕੁਕਿੰਗ ਡਿਪਾਰਟਮੈਂਟ ਜਸ਼ਨ ਦਾ ਸੋ ਜਿੱਦਾਂ ਹੁਣ ਘਰੇ ਆ ਘਰੇ ਆਪਾਂ ਇੰਡੀਆ ਦੀ ਗੱਲ ਕਰੀਏ ਘਰੇ ਉੱਥੇ ਆਪਾਂ ਮੋਸਟਲੀ ਚੀਜ਼ਾਂ ਬਣਾਈਆਂ ਨਹੀਂ ਹੁੰਦੀਆਂ ਜਿੱਦਾਂ ਮੈਂ ਹੈਗੀ ਇੱਕ ਇੱਕ ਵਾਰ ਤਾਂ ਬਣਾਈਆਂ ਹੈਗੀਆਂ ਆਲਮੋਸਟ ਜ਼ਿਆਦਾ ਯਾਰੀ ਮਤਲਬ ਐਡਾ ਨਹੀਂ ਹੈਗਾ ਮੈਂ ਤਾਂ ਬਹੁਤ ਰੇਅਰ ਕਿਚਨ 'ਚ ਗਈ ਹਾਂ ਸ਼ੁਰੂ ਤੋਂ ਰੋਜ਼ ਬਹੁਤ ਰੇਅਰ ਇੰਡੀਆ ਤਾਂ ਬਣਾਈ ਨਹੀਂ ਇਹਨੇ ਤਾਂ ਫਿਰ ਵੀ ਥੋੜ੍ਹੀ ਬਹੁਤੀ ਬਣਾਈ ਹੋਈ ਮੈਂ ਤਾਂ ਇੰਡੀਆ ਬਣਾਉਂਦੀ ਨਹੀਂ ਸੀ ਮੈਂ ਵੜੀ ਨਹੀਂ ਕਿਚਨ ਦੇ ਵਿੱਚ ਇੱਥੇ ਆ ਕੇ ਬਹੁਤ ਰੇਅਰ ਵੜਦੀ ਹੁੰਦੀ ਹਾਂ ਜਦੋਂ ਪਤਾ ਬਣਾਉਣੀ ਪੈਣੀ ਆ ਉੱਦਾਂ ਹਾਂ ਬਣਾਉਣਾ ਸਾਰਾ ਕੁਛ ਆਉਂਦਾ ਵਾ ਬਸ ਜਿਹੜਾ ਐਕਸਪੀਰੀਅੰਸ ਜ਼ਿਆਦਾ ਹੋਵੇ ਇਹਦੇ ਕੋਲ ਕਿਉਂਕਿ ਸਬਜ਼ੀ ਰੋਟੀ ਇਹ ਬਣਾਉਂਦੀ ਹੈ ਸੋ ਮੇਰੇ ਵੱਲ ਐਕਸਪੀਰੀਅੰਸ ਘੱਟ ਹੀ ਆ ਮੈਂ ਬਹੁਤ ਰੇਅਰ ਬਣਾਉਂਦੀ ਹਾਂ ਸੋ ਜੋ ਵੀ ਆ ਸਾਰੀਆਂ ਸਬਜ਼ੀਆਂ ਆ ਕੁਛ ਵੀ ਆ ਘਰੋਂ ਸਿੱਖ ਕੇ ਆਓ ਕਿਉਂਕਿ ਇੱਥੇ ਰੋਜ਼ ਬਾਹਰ ਵੀ ਨਹੀਂ ਖਾਧਾ ਜਾਂਦਾ ਆਦਿ ਸਾਰਾ ਕੁਕਿੰਗ ਵਗੈਰਾ ਘਰੋਂ ਸਿੱਖ ਕੇ ਆਓ ਇੱਕ ਇੱਕ ਸਬਜ਼ੀ ਇੱਕ ਇੱਕ ਵਾਰ ਮਤਲਬ ਗੋ ਥਰੂ ਕਰਕੇ ਆਈਓ ਇੱਥੇ ਆਣ ਕੇ ਬਾਕੀ ਯੂਟਿਊਬ ਵੀ ਹੈਲਪ ਕਰ ਦਿੰਦਾ ਹੁੰਦਾ ਤੇ ਘਰੇ ਨਹੀਂ ਤਾਂ ਮੰਮੀ ਨੂੰ ਫੋਨ ਲਗਾ ਲਓ ਮੰਮੀ ਜੀ ਆ ਕੇ ਦਵਾਉਂਦੀ ਆ ਤੇ ਜੇ ਗੱਲ ਕਰੀਏ ਅਸੀਂ ਇੰਡੀਅਨ ਫੂਡ ਦੀ ਇੱਥੇ ਮਿਲਦਾ ਸਾਰਾ ਕੁਛ ਆ ਬਟ ਟੇਸਟ ਜਿਹੜਾ ਵਾ ਉਹ ਇੰਡੀਅਨ ਫੂਡ ਵਰਗਾ ਨਹੀਂ ਆ ਤੇ ਅਸੀਂ ਬਾਹਰੋਂ ਬਹੁਤ ਰੇਅਰ ਖਾਈਦਾ ਵਾ ਅਸੀਂ ਹਮੇਸ਼ਾ ਘਰੇ ਬਣਾਈ ਦੀ ਰੋਟੀ ਸਬਜ਼ੀ ਤੇ ਉਸ ਤੋਂ ਬਾਅਦ ਕਲੀਨਿੰਗ ਡਿਪਾਰਟਮੈਂਟ ਇਹਦਾ ਆ ਸਫਾਈ ਵਗੈਰਾ ਮੈਨੂੰ ਕਰਨੀ ਬਹੁਤ ਪਸੰਦ ਆ ਕਿ ਸਾਰਾ ਕੁਛ ਸਫਾਈ ਵਗੈਰਾ ਹੋਈ ਹੋਵੇ ਸੋ ਆਪਣੀ ਇੱਥੇ ਬਹੁਤ ਹੀ ਜ਼ਿਆਦਾ ਕਲੀਨਿੰਗ ਦੀ ਲੋੜ ਨਹੀਂ ਪੈਂਦੀ ਜਿਹੜਾ ਤੁਹਾਡਾ ਕਾਰਪੇਟ ਆ ਤੁਸੀਂ ਉੱਥੇ ਵੈਕਿਊਮ ਕਰਨਾ ਵਾ
ਆਪਣੇ ਕੰਮ ਵੰਡੇ ਹੋਏ ਆ ਕਿ ਥੋੜਾ ਜਿਹਾ ਇਹਨੇ ਕਰ ਲੈਣਾ ਥੋੜਾ ਮੈਂ ਇਹ ਕਰ ਲੈਣਾ ਠੀਕ ਹੈ ਜੇ ਕੰਮ ਤੇ ਇੱਕ ਬੰਦਾ ਜੇ ਹੁਣ ਪਤਾ ਹੁਣ ਉਹਨੇ ਲੇਟ ਆਉਣਾ ਤੇ ਫਿਰ ਉਹ ਵੀ ਕੰਮ ਕਰਤਾ ਤੁਹਾਡੇ ਰੂਮਮੇਟਸ ਨਾਲ ਤੁਹਾਡੀ ਵਾਈਬ ਮੈਚ ਹੋਣੀ ਚਾਹੀਦੀ ਆ ਇਹ ਤੁਹਾਡੇ ਰੂਮਮੇਟਸ ਨਾਲ ਵਾਈਬ ਮੈਚ ਨਹੀਂ ਹੁੰਦੀ ਫਿਰ ਤੁਹਾਡੇ ਲਈ ਇੱਥੇ ਆ ਕੇ ਸਰਵਾਈਵ ਕਰਨਾ ਬਹੁਤ ਔਖਾ ਵਾ ਤੁਹਾਨੂੰ ਬਾਕੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਦੀਆਂ ਸਾਰੀਆਂ ਬਣਾਉਣੀਆਂ ਹੁੰਦੀਆਂ ਅਗਲੇ ਦਾ ਵੀ ਸੋਚਣਾ ਪੈਂਦਾ ਹੈ ਵੱਖਰੇ ਵੱਖਰੇ ਬੰਦੇ ਰਹਿ ਰਹੇ ਹੋ ਤੁਸੀਂ ਇੱਕੋ ਫੈਮਿਲੀ 'ਚ ਨਹੀਂ ਆਏ ਹੋ ਤੁਸੀਂ ਦੋ ਵੱਖਰੀ ਵੱਖਰੀ ਵਾਈਬਸ ਆ ਤੁਹਾਡੀਆਂ ਸੋ ਥੋੜ੍ਹਾ ਬਹੁਤਾ ਤੁਸੀਂ ਕਰ ਲਿਆ ਕਰੋ ਜੇ ਉਹ ਕੁਛ ਆਖਦੀ ਆ ਜੇ ਤੁਹਾਨੂੰ ਵਧੀਆ ਲੱਗਦਾ ਆ ਤੇ ਤੁਸੀਂ ਆਪ ਕਰ ਲਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਹਾਂ ਜੇ ਉਹਦਾ ਕੰਮ ਆ ਕਿ ਹਾਂ ਨਹੀਂ ਉਹ ਆਣ ਕੇ ਕਰੂਗੀ ਮੰਮੀ ਪਾਪਾ ਨਹੀਂ ਆ ਜਿਹੜੀ ਸਿੰਪਲੀ ਤੁਹਾਡੀ ਇੱਕ ਵਾਰੀ ਦੀ ਗੱਲ ਸੁਣ ਲੂਗੇ ਸੋ ਮੰਮੀ ਪਾਪਾ ਹੀ ਸੁਣਦੇ ਹੁੰਦੇ ਹੋਰ ਕੋਈ ਨੀ ਸੁਣਦਾ ਹੁੰਦਾ ਵਾ ਤੇ ਰਹਿਣਾ ਤੁਸੀਂ ਆਪ ਹੁੰਦਾ ਵਾ ਸੋ ਬਸ ਆਪਣੇ ਇੱਥੇ ਆ ਕੇ ਦੂਜੇ ਬੰਦੇ ਨਾਲ ਦੇਖੋ ਕਿ ਤੁਸੀਂ ਕਿੱਦਾਂ ਕੰਫਰਟੇਬਲੀ ਰਹਿ ਸਕਦੇ ਹੋ ਤੇ ਉਹੀ ਬੰਦੇ ਨਾਲ ਰਹੋ ਜਿੰਨਾ ਤੁਸੀਂ ਰਹਿ ਸਕਦੇ ਤੁਹਾਨੂੰ ਹੋਮ ਸਿਕਨੈਸ ਵੀ ਹੋਊਗੀ ਤੁਹਾਡਾ ਘਰ ਜਾਂਦਾ ਦਿਲ ਵੀ ਕਰੂਗਾ ਤੁਹਾਡਾ ਦਿਲ ਵੀ ਨਹੀਂ ਲੱਗੂਗਾ ਸਾਰਾ ਕੁਛ ਹੋਊਗਾ ਤੁਹਾਨੂੰ ਜੇ ਤੁਹਾਡਾ ਰੂਮਮੇਟ ਵਧੀਆ ਨਹੀਂ ਹੈ ਬਸ ਸੋ ਐਂਡ ਇਹ ਜਾਂਦਾ ਵਾ ਕਿ ਆਉਣ ਜਾਣਾ ਹੋਵੇ ਕਿਤੇ ਟਰਾਂਸਪੋਰਟੇਸ਼ਨ ਸੋ ਬੱਸਿਸ ਸਿਸਟਮ ਇੱਥੇ ਵਧੀਆ ਆ ਬਾਕੀ ਥੋੜੇ ਬਹੁਤੇ ਹੁਣ ਚੇਂਜਸ ਹੋਏ ਆ ਪਰ ਉਹ ਵੀ ਆਪਦੇ ਕੰਫਰਟੇਬਲ ਬਟ ਸਹੀ ਹੈ ਇੱਥੇ ਤਾਂ ਬੱਸ ਸਟੋਪ ਵਗੈਰਾ ਹੈਗੀ ਆ ਜਾਣ ਆਉਣ ਦੀ ਇੰਨੀ ਔਖੀ ਨਹੀਂ ਹਾਂ ਟਾਈਮ ਵੇਸਟ ਹੁੰਦਾ ਥੋੜਾ ਬੱਸ ਦੇ ਵਿੱਚ ਬਿਕੋਜ਼ ਘੰਟਾ ਘੰਟਾ ਲੱਗ ਜਾਂਦਾ ਆਉਣ ਜਾਣ ਨੂੰ ਠੀਕ ਆ ਤੇ ਉਹਦੇ ਬਾਕੀ ਇੰਡੀਆ ਤੋਂ ਤੁਸੀਂ ਗੱਡੀ ਸਿੱਖ ਕੇ ਆਇਓ ਕਿਉਂਕਿ ਅਸੀਂ ਹੁਣ ਇੱਥੇ ਸਿੱਖਣ ਦੇ ਆ ਨਹੀਂ ਪਤਾ ਤੇ ਲਾਈਕ ਉਹ ਵੀਡੀਓ ਸੀਗੀ ਕਿ ਕਿਹੜੇ ਕਿਹੜੇ ਕੰਮ ਆ ਜਿਹੜੇ ਇੰਡੀਆ ਤੋਂ ਪਹਿਲਾਂ ਕਰਕੇ ਆਣੇ ਚਾਹੀਦੇ ਆ ਉਹਦੇ ਵਿੱਚ ਇਹ ਪੂਰਾ ਡਿਟੇਲ ਦੱਸੀ ਗਿਆ ਕਿ ਜੇ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਬਣਾਉਣਾ ਤੁਸੀਂ ਉਹ ਕਿਵੇਂ ਬਣਾ ਸਕਦੇ ਹੋ ਸੋ ਉਹ ਜਾ ਕੇ ਚੈੱਕ ਕਰ ਲਿਓ ਬਸ ਫਿਰ ਗੱਲ ਆਉਂਦੀ ਹੈ ਕਿ ਇਸ ਟਾਈਮ ਕਲਚਰ ਵਗੈਰਾ ਦੀ ਗੱਲ ਕਰੀਏ ਆਪਾਂ ਤੇ ਕਲਚਰ ਇੱਥੇ ਦਾ ਬਹੁਤ ਡਿਫਰੈਂਟ ਹੈ ਇੰਡੀਆ ਨਾਲੋਂ ਤੁਹਾਨੂੰ ਆਪ ਇੱਧਰ ਦੇ ਕਲਚਰ ਦੇ ਅਕੋਰਡਿੰਗ ਹੋਣਾ ਪੈਂਦਾ ਵਾ ਕਈ ਗੱਲੋਂ ਸਹੀ ਵੀ ਆ ਕਈ ਗੱਲੋਂ ਥੋੜਾ ਹੈਗਾ ਵੀ ਆ ਬਟ ਤੁਸੀਂ ਬਾਕੀ ਜਿਹੜਾ ਸਹੀ ਆ ਉਹ ਅਡਾਪਟ ਕਰ ਲਓ ਜਿਹੜਾ ਨਹੀਂ ਆ ਤੇ ਤੁਸੀਂ ਲੀਵ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਸਾਡਾ ਕਰੰਟ ਇਮੋਸ਼ਨ ਕੀ ਆ ਤੇ ਅਸੀਂ ਕੀ ਕੀ ਸਿੱਖਿਆ ਵਾ ਪੂਰਾ ਐਕਸਪੀਰੀਅੰਸ ਸੋ ਤੋ ਸਾਰੇ ਤੋਂ ਪਹਿਲਾਂ ਸੈਲਫ ਡਿਪੈਂਡੈਂਟ ਹੋਏ ਆ ਕਿ ਆਪਦੇ ਕਮਾਈ ਦਾ ਆ ਜੇ ਆਪਦਾ ਹੀ ਖਾ ਲਈਦਾ ਆ ਘਰਦੇ ਦਾ ਵੀ ਥੋੜਾ ਬਹੁਤਾ ਹੋ ਗਿਆ ਠੀਕ ਹੈ ਤੇ ਬਸ ਸੈਲਫ ਡਿਪੈਂਡੈਂਟ ਹੁੰਦਾ ਬੰਦਾ ਹੈਪੀਨੈਸ ਖੁਸ਼ ਰਹਿਣਾ ਆਇਆ ਵਾ ਇੱਥੇ ਅੱਗੇ ਕਿ ਹਾਂ ਅੱਗੇ ਆਪਾਂ ਘਰੇ ਘਰੇ ਰਹੀਦਾ ਸੀ ਹੁਣ ਲੋਕਾਂ 'ਚ ਰਹਿ ਕੇ ਖੁਸ਼ ਕਿੱਦਾਂ ਰਹਿਣਾ ਠੀਕ ਹੈ ਤੁਸੀਂ ਖੁਦ ਨੂੰ ਕਿੱਦਾਂ ਆਪਣੇ ਜਿੱਦਾਂ ਜੇ ਤੁਸੀਂ ਜਾਣੇ ਹੋ ਡਾਊਨ ਪੁਆਇੰਟ ਤੋਂ ਰਿਕਵਰ ਕਿੱਦਾਂ ਕਰਦੇ ਹੋ ਤੁਸੀਂ ਉਹਦੇ 'ਤੇ ਠੀਕ ਹੈ ਬਾਕੀ ਸੋਸ਼ਲਾਈਜ਼ ਕਿਵੇਂ ਹੋਏ ਹੋ ਲਾਈਕ ਇੰਡੀਆ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਆਪਾਂ ਨੂੰ ਆਪਦੇ ਘਰਦਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਪਰ ਇੱਥੇ ਮੋਸਟਲੀ ਆਪਣੇ ਨਾਂ ਨਾਲ ਜਾਣਿਆ ਜਾਂਦਾ ਕਿਤੇ ਵੀ ਜਾਂਦੇ ਆ ਹਾਂ ਜੇ ਕੋਈ ਜਾਣਦਾ ਹੋਵੇ ਬੜਾ ਵਧੀਆ ਲੱਗਦਾ ਹੈ ਕਿ ਹਾਂ ਉਹ ਵੀ ਜਾਂਦਾ ਹੈ ਉਹ ਵੀ ਜਾਂਦਾ ਹੈ ਸੋ ਇਹ ਚੀਜ਼ ਬਹੁਤ ਵਧੀਆ ਆ ਬਾਕੀ ਆਪਣੀ ਇਮੇਜ ਆਪਣੇ ਹੱਥ 'ਚ ਹੁੰਦੀ ਆ ਜੇ ਤੁਸੀਂ ਵਧੀਆ ਬਣਾ ਕੇ ਰੱਖੋਗੇ ਅਗਲਾ ਵੀ ਦੇਖ ਕੇ ਖੁਸ਼ ਹੋਊਗਾ ਨਾਲੇ ਸਾਰਿਆਂ ਨਾਲ ਬਣੂਗੀ ਜੇ ਤੁਸੀਂ ਆਪ ਹੀ ਉੱਦਾਂ ਦੇ ਰਹੋਗੇ ਆਪਦਾ ਐਟੀਟਿਊਡ ਈਗੋ ਨੂੰ ਫਰੰਟ 'ਤੇ ਰੱਖੋਗੇ ਫਿਰ ਤੇ ਭਾਵੇਂ ਜਾਣਦੇ ਹੁਣ ਤਾਂ ਵੀ ਨਾ ਜਾਣੇ ਅਗਲੇ ਹੋਏ ਸੋ ਸੋਸ਼ਲਾਈਜ਼ ਹੋਏ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਖੁਸ਼ੀ ਵਾਲੇ ਮੂਮੈਂਟਸ ਵੀ ਆਏ ਆ ਬਹੁਤ ਡਾਊਨ ਮੂਮੈਂਟਸ ਵੀ ਆਏ ਆ ਡਾਊਨ ਬਹੁਤ ਮਿਨੀਮਮ ਆਏ ਆ ਬਟ ਖੁਸ਼ੀ ਵਾਲੇ ਬਿਕੋਜ਼ ਡਾਊਨ ਅਸੀਂ ਤਾਂ ਆਏ ਬਿਕੋਜ਼ ਅਸੀਂ ਸਾਰਾ ਕੁਛ ਪ੍ਰੀ ਪਲਾਨ ਕੀਤਾ ਹੋਇਆ ਵਾ ਠੀਕ ਆ ਤੇ ਕਿੱਦਾਂ ਕਿੱਦਾਂ ਕਰਨੀ ਹੈ ਸੋ ਜੇ ਤੁਸੀਂ ਇੱਕ ਟਿਪ ਇਹਦੇ ਵਿੱਚ ਇਹ ਵੀ ਆ ਕਿ ਜੇ ਤੁਸੀਂ ਕੈਨੇਡਾ ਆ ਰਹੇ ਹੋ ਇਕੱਲਾ ਕੈਨੇਡਾ ਡ੍ਰੀਮ ਲੈ ਕੇ ਨਾ ਆਓ ਕਿ ਇੱਥੇ ਆ ਕੇ ਇਕੱਲੀ ਜੋਬ 'ਤੇ ਡਿਪੈਂਡੈਂਟ ਨਹੀਂ ਰਹਿਣਾ ਲਾਈਫ 'ਚ ਕੁਛ ਹੋਰ ਵੀ ਕਰਨਾ ਹੈ ਸੋ ਇਹਦੇ ਆਹੀ ਟਿਪ ਆ ਕਿ ਲਾਈਫ 'ਚ ਕੁਛ ਹੋਰ ਸੋਚ ਕੇ ਆਓ ਤੁਸੀਂ ਅੱਗੇ ਕੀ ਕਰਨਾ ਹੈ ਇੱਥੇ ਆ ਕੇ ਬਹੁਤਾ ਟਾਈਮ ਨਾ ਵੇਸਟ ਕਰੋ ਪੂਰਾ ਆਪਣਾ ਪ੍ਰੀ ਪਲਾਨ ਕਰਕੇ ਆਓ ਸਟੱਡੀ ਜੋਬ ਤਾਂ ਚਲੋ ਕਰਨੀ ਪੈਂਦੀ ਆਪਾਂ ਫੀਸ ਵਗੈਰਾ ਕਰਨੀ ਆ ਠੀਕ ਆ ਵਰਕ ਪਰਮਿਟ ਤਾਂ ਕਰਨੀ ਪੈਣੀ ਬਟ ਆਫਟਰ PR ਵੀ ਜੇ ਤੁਸੀਂ ਜੋਬ 'ਤੇ ਡਿਪੈਂਡੈਂਟ ਹੋਣਾ ਫਿਰ ਤੁਸੀਂ ਕੁਛ ਵੀ ਨਹੀਂ ਲਿੱਤਾ ਕੈਨੇਡਾ ਆ ਕੇ ਸੋ ਇਹੀ ਸੀਗੇ ਜਿਹੜੀਆਂ ਟਿਪਸ ਸੀਗੀਆਂ ਇੱਕ ਅੱਧੀਆਂ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਹੋਪ ਸੋ ਸ਼ਿਓਰ ਆ ਕਿ ਸਾਡਾ 2022 ਵੀ ਬਹੁਤ ਵਧੀਆ ਜਾਊਗਾ ਇਹੀ ਹੋਪ ਕਰਦੇ ਹਾਂ ਕਿ ਜਿਹੜੇ ਆਹ ਸਾਲ ਦੇ ਵਿੱਚ ਰਿਸ਼ਤੇ ਬਣਾਏ ਆ ਉਹ ਸਾਡੇ ਸਾਰੀ
ਲਾਈਫ ਰਹਿਣ ਤੇ ਜਿਹੜਾ ਸਾਡੇ ਨਾਲ ਵੀ ਬਣਿਆ ਵਾ ਇੰਨੇ ਸਾਡੇ ਸਬਸਕ੍ਰਾਈਬਰ 1000 ਸਬਸਕ੍ਰਾਈਬਰ ਪੂਰਾ ਹੋਣ ਵਾਲਾ ਵਾ ਕਿ ਤੁਸੀਂ ਵੀ ਸਾਡੇ ਨਾਲ ਮਲਟੀਪਲਾਈ ਸਾਡੀ ਸਪੋਰਟ ਕਰਦੇ ਰਹੋ ਸੋ ਬਸ ਇਸ ਵੀਡੀਓ ਲਈ ਇੰਨਾ ਹੀ ਸੀਗਾ ਬਸ ਇਹੀ ਟਿਪਸ ਸੀਗੀਆਂ ਸਾਡੇ ਵੱਲੋਂ ਸੋ ਹੁਣ ਲਈ ਬਾਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਹੁਣ ਲਈ ਬਾਏ ਚੇਕ